ਸਮੇਂ ਦਾ ਮਾਮਲਾ ਹੈ, ਕਿਸੇ ਨੂੰ ਖੁੱਲ ਕੇ ਕੁਝ ਕਹਿ ਵੀ ਨਹੀਂ ਸਕਦੇ। ਯਾਰ ਕੌਣ ਸੀ ਉਹ ਬੰਦਾ, ਕਿੱਥੋਂ ਆਇਆ ਸੀ, ਕਿਵੇਂ ਲੱਭੀ ਉਹਨੂੰ, ਤੇ ਉਹਨੇ ਫੋਟੋਆਂ ਖਿੱਚੀਆਂ ਸਾਡੀਆਂ। ਜੋ ਵੀ ਹੈ ਮਨਵੀਰ, ਗੱਲ ਕੋਈ ਛੋਟੀ ਮੋਟੀ ਨਹੀਂ ਹੈ। ਸਾਡੇ ਦੋਨਾਂ ਦੀ ਇਮੇਜ ਖਰਾਬ ਹੋ ਜਾਣੀ ਹੈ, ਮੇਰਾ ਡੇਰਾ ਬੰਦ ਹੋ ਜਾਣਾ। ਤੂੰ ਤੂੰ ਪਲੀਜ਼ ਕੁਛ ਕਰ, ਤੂੰ ਤੂੰ ਪਤਾ ਕਰਵਾਉਣਾ ਕਿ ਕੌਣ ਹੋ ਸਕਦਾ ਹੈ ਉਹ। ਵਹਿ ਨੈਣਾ, ਇੱਕ ਗੱਲ ਕਹਾਂ, ਮੈਨੂੰ ਲੱਗਦਾ ਨਹੀਂ ਹੈ ਫੋਟੋਆਂ ਕਲੀਅਰ ਆਈਆਂ ਹੋਣੀਆਂ ਨੇ। ਮੈਂ ਨਾਲ ਤਾਂ ਭਜਾਤਾ ਸੀ ਉਹਨੂੰ। ਨਹੀਂ ਮਨਵੀਰ, ਜੇ ਫੋਟੋਜ਼ ਕਲੀਅਰ ਹੋਈਆਂ ਫਿਰ ਫਿਰ ਹੁਣ ਤੱਕ ਫੋਨ ਆ ਜਾਣਾ ਸੀਗਾ ਬਲੈਕਮੇਲਿੰਗ ਦਾ। ਉਹਨੇ ਆਪਣੇ ਮਨੋਰੰਜਨ ਲਈ ਤਾਂ ਖਿੱਚੀਆਂ ਨਹੀਂ ਫੋਟੋਆਂ। ਮਨਵੀਰ, ਹੋ ਸਕਦਾ ਉਹਦਾ ਮਕਸਦ ਕੋਈ ਹੋਰ ਹੋਵੇ, ਹੋ ਸਕਦਾ ਉਹਦਾ ਮਕਸਦ ਬਲੈਕਮੇਲਿੰਗ ਦਾ ਹੋਵੇ ਹੀ ਨਾ। ਹੋਰ ਕੀ ਮਕਸਦ ਹੋ ਸਕਦਾ ਹੈ? ਕੀ ਪਤਾ ਉਹ ਸਾਨੂੰ ਬਸ ਬਦਨਾਮ ਕਰਨਾ ਚਾਹੁੰਦਾ ਹੋਵੇ। ਤੂੰ ਪੋਲਿਟਿਕਸ ਵਿੱਚ ਆ ਹੁਣ, ਤੇ ਪੋਲੀਟੀਸ਼ੀਅਨ ਲਈ ਤਾਂ ਉਹਦੀ ਇਮੇਜ ਸਭ ਕੁਝ ਹੁੰਦੀ ਹੈ ਨਾ ਮਨਵੀਰ। ਫਿਰ ਮੈਂ ਸਾਲੇ ਨੂੰ ਜਾਨੋਂ ਮਾਰ ਦੂੰ, ਵੇਖੀ ਤੂੰ। ਮਨਵੀਰ ਚੱਲ ਠੀਕ ਹੈ, ਮਾਤਾ ਆ ਰਹੀ ਹੈ, ਮੈਂ ਫਿਰ ਗੱਲ ਕਰਦਾ, ਤੂੰ ਟੈਨਸ਼ਨ ਨਾ ਲੈ, ਵੇਖ ਲਾਂਗੇ ਆਪਾਂ। ਮਨਵੀਰ। ਹਾਂ ਮਾਤਾ। ਪੁੱਤਰਾ, ਇਲੈਕਸ਼ਨ ਦੀ ਤਿਆਰੀ ਕਰ ਲੈ, ਸਾਡਾ ਸੁਪਨਾ ਪੂਰਾ ਹੋਣ ਵਾਲਾ ਹੈ। ਕੀ ਕਹੀ ਜਾਂਦੀ ਮਾਤਾ, ਕਿਹੜੇ ਇਲੈਕਸ਼ਨ? ਤੇਰੇ ਪਿਓ ਦਾ ਪਾ ਜੋ ਨਾ ਸਾਡਾ ਹੀ ਭਲਾ ਕਰ ਗਿਆ, ਰਿਜ਼ਾਈਨ ਦੇ ਰਿਹਾ ਤੇਰਾ ਪਿਓ। ਹੁਣ ਉਹਦੀ ਸੀਟ ਤੇ ਇਲੈਕਸ਼ਨ ਹੋਣਗੇ ਤੇ ਉਹਦੀ ਪਾਰਟੀ ਵੱਲੋਂ ਟਿਕਟ ਤੈਨੂੰ ਹੀ ਮਿਲੂਗੀ। ਸੱਚੀ ਮਾਤਾ, ਬਾਪੂ ਦੀ ਸੀਟ ਤੋਂ ਮੈਂ ਖੜਾ ਹੋਵਾਂਗਾ? ਹਾਂ। ਫਿਰ ਤਾਂ ਕਮਾਲ ਹੀ ਹੋ ਜਾਓ, ਆਹ ਸੀਟ ਤਾਂ ਕੱਢ ਹੀ ਲਵਾਂਗੇ ਮਾਤਾ ਆਪਾਂ, ਪੱਕੀ ਗੱਲ ਹੈ। ਆਹੋ, ਨਾਲੇ ਇਸ ਵੇਲੇ ਤੇਰੇ ਪਿਓ ਨੂੰ ਲੋਕਾਂ ਦੀ ਬੜੀ ਹਮਦਰਦੀ ਮਿਲਦੀ ਪਈ ਹੈ। ਉਹ ਤਾਂ ਇਹੀ ਚਾਹਣਗੇ ਨਾ ਕਿ ਉਹਦੀ ਥਾਂ ਤੇ ਉਹਦਾ ਮੁੰਡਾ ਹੀ ਆਵੇ। ਬਸ ਇੱਕ ਗੱਲ ਦਾ ਧਿਆਨ ਰੱਖੀ ਪੁੱਤਰਾ, ਇਲੈਕਸ਼ਨ ਤੱਕ ਸੰਭਲ ਕੇ ਰਹੀ ਤੇ ਕਿਸੇ ਨਾਲ ਉੱਚੀ ਨੀਵੀਂ ਗੱਲ ਨਾ ਕਰੀ। ਨਾਲੇ ਕੁੜੀਆਂ ਕਾੜੀਆਂ ਨਾਲ ਵੀ ਘੁੰਮਣਾ ਫਿਰਨਾ ਬੰਦ ਕਰ ਦੇ ਥੋੜ੍ਹੀ ਦੇਰ, ਇਮੇਜ ਖਰਾਬ ਨਹੀਂ ਹੋਣੀ ਚਾਹੀਦੀ। ਬਸ ਜੇ ਸਾਡਾ ਕੁਛ ਹੋਇਆ ਨਾ ਤਾਂ ਵੋਟ ਵੀ ਨਹੀਂ ਮਿਲਣੀ ਫਿਰ।